ਜਰਮਨੀ ਵਿੱਚ ਹੋਏ ਬਾਮਾ 뮤직 ਅਵਾਰਡ ਵਿੱਚ ਇਸ ਵਾਰ ਬੱਬੂ ਮਾਨ ਨੇ ਬੈਸਟ ਮੇਲ ਤੇ ਬੈਸਟ ਪੰਜਾਬੀ ਐਕਟ ਦਾ ਅਵਾਰਡ ਹਾਸਲ ਕੀਤਾ ਹੈ। ਬੈਸਟ ਪੰਜਾਬੀ ਮੇਲ ਵਿੱਚ ਬੱਬੂ ਮਾਨ ਨੇ ਦੁਨੀਆ ਦੇ 7 ਨਾਮੀ ਗਾਇਕਾਂ ਨੂੰ ਪਛਾੜਿਆ ਹੈ। ਸੋਸ਼ਲ ਮੀਡੀਆ ਤੇ ਜਿੱਥੇ ਇੱਕ ਪਾਸੇ ਬੱਬੂ ਮਾਨ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ, ਉੱਥੇ ਇਸ ਗੱਲ ਦੀ ਚਰਚਾ ਵੀ ਜ਼ੋਰਾਂ ਤੇ ਹੈ ਕਿ ਪੰਜਾਬੀ ਗਾਇਕਾਂ ਨੇ ਇਸ ਅਵਾਰਡ ਲਈ ਬੱਬੂ ਮਾਨ ਨੂੰ ਕਿਉਂ ਨਹੀਂ ਵੋਟ ਪਾਈ ਤੇ ਅਵਾਰਡ ਜਿੱਤਣ ਤੋਂ ਬਾਅਦ ਪੰਜਾਬੀ ਮੀਡੀਆ ਨੇ ਬੱਬੂ ਮਾਨ ਦੀ ਇਸ ਪ੍ਰਾਪਤੀ ਨੂੰ ਆਪਣੀ ਖਬਰ ਦੀ ਸੁਰਖੀ ਕਿਉਂ ਨਹੀਂ ਬਣਾਇਆ। ਇਸ ਗੱਲ ਦੀ ਵੀ ਚਰਚਾ ਹੈ ਕਿ ਬੱਬੂ ਮਾਨ ਦੀ ਕਿਸੇ ਗਾਇਕ, ਗੀਤਕਾਰ ਜਾਂ ਹੋਰ ਸੰਗੀਤਕ ਸ਼ਖਸੀਅਤ ਨੇ ਸਪੋਰਟ ਨਹੀਂ ਕੀਤੀ। ਇਸ ਪਿੱਛੇ ਦੋ ਪ੍ਰਮੁੱਖ ਕਾਰਨ ਹੀ ਨਜ਼ਰ ਆਉਂਦੇ ਹਨ। ਪਹਿਲਾ ਕਾਰਨ ਇਹ ਹੈ ਕਿ ਇਸ ਸ਼ੋਅ ਬਾਰੇ ਪੰਜਾਬੀ 뮤직 ਇੰਡਸਟਰੀ ਨੂੰ ਕੋਈ ਬਹੁਤੀ ਜਾਣਕਾਰੀ ਹੀ ਨਹੀਂ ਹੈ। ਦੂਜਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਬੱਬੂ ਮਾਨ ਦਾ ਨਿੱਜੀ ਤੌਰ 'ਤੇ ਹੋਰ ਪੰਜਾਬੀ ਗਾਇਕਾਂ ਨਾਲ ਮੇਲ ਮਿਲਾਪ ਬਹੁਤ ਘੱਟ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬੱਬੂ ਮਾਨ ਆਪਣੇ ਸੁਭਾਅ ਅਤੇ ਸ਼ਖਸੀਅਤ ਕਾਰਨ ਹਮੇਸ਼ਾ ਹੋਰਾਂ ਗਾਇਕਾਂ ਨਾਲੋਂ ਦੂਰੀ ਬਣਾ ਕੇ ਰੱਖਦੇ ਹਨ। ਇਸੇ ਕਾਰਨ ਕਿਸੇ ਨੇ ਬੱਬੂ ਮਾਨ ਦੀ ਸਪੋਰਟ ਕਰਨਾ ਆਪਣਾ ਫਰਜ਼ ਨਹੀਂ ਸਮਝਿਆ। ਪਰ ਜੇ ਗੱਲ ਪੰਜਾਬੀ 뮤직 ਦੀ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਹੋਰਾਂ ਗੱਲਾਂ ਤੋਂ ਉੱਪਰ ਉੱਠ ਕੇ ਪੰਜਾਬੀ ਸੰਗੀਤ ਦੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਸੀ ਤਾਂ ਜੋ ਵਿਦੇਸ਼ਾਂ ਵਿੱਚ ਪੰਜਾਬੀ ਸੰਗੀਤ ਦਾ ਮੁਕਾਮ ਹੋਰ ਉੱਚਾ ਹੋਵੇ। ਯਾਦ ਰਹੇ, ਬੱਬੂ ਮਾਨ ਪੰਜਾਬ 'ਚ ਹੁੰਦੇ ਕਿਸੇ ਵੀ ਸੰਗੀਤਕ ਜਾਂ ਫਿਲਮ ਅਵਾਰਡ ਸ਼ੋਅ 'ਚ ਸ਼ਿਰਕਤ ਨਹੀਂ ਕਰਦਾ, ਪਰ ਵਿਦੇਸ਼ਾਂ 'ਚ ਹੁੰਦੇ ਅਵਾਰਡ ਸ਼ੋਅ 'ਚ ਉਸਦੀ ਪ੍ਰੈਜੈਂਸ ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਰੂਰ ਹੋ ਜਾਂਦੀ ਹੈ। ਫੋਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰਟ ਟਾਕ।